ਸਤਿ ਸ਼੍ਰੀ ਅਕਾਲ ਸੱਜਣੋ, ਕੀ ਹਾਲ ਹੈ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜਿਹੜੇ ਵੀ ਅੱਜ ਮੇਰੇ ਚੈਨਲ 'ਤੇ ਨਵੇਂ ਹੋ, ਤੁਸੀਂ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਲਾਈਕ ਜ਼ਰੂਰ ਕਰੋ, ਕਿਉਂਕਿ ਜਿਹੜੀ ਵੀ ਤੁਹਾਨੂੰ ਮੈਂ ਵੀਡੀਓ ਦਿੰਦਾ ਜਾਣਕਾਰੀ ਦੇ ਦਿੰਦਾ। ਅੱਜ ਆਪਾਂ ਗੱਲ ਕਰਾਂਗੇ ਮਾਂਹ ਦੀ ਫਸਲ ਜਿਹੜੇ ਸੱਜਣਾ ਮੇਰਿਆਂ ਨੇ ਬੀਜਣੀ, ਵੀ ਉਹਦੀ ਤੁਹਾਨੂੰ ਮੈਂ ਜਾਣਕਾਰੀ ਦੇਵਾਂਗਾ ਵੀ ਕਿੰਨਾ ਬੀਜ ਪਾਉਣਾ, ਕਿਹੜੀ ਕਿਹੜੀ ਦਵਾਈ ਉਹਦੇ 'ਚ ਪੈਣੀ ਹੈ ਅਤੇ ਕਿੰਨਾ ਝਾੜ ਦੇਵੇਗਾ, ਕਿਹੜੀਆਂ ਕਿਹੜੀਆਂ ਵਰਾਇਟੀਆਂ। ਅੱਜ ਆਪਾਂ ਗੱਲ ਕਰਨ ਲੱਗੇ ਹਾਂ ਮਾਂਹ ਦੀ। ਮਾਂਹ ਜਾਂ ਇਹਨੂੰ ਕਈ ਉੜਦ ਵੀ ਕਹਿ ਦਿੰਦੇ ਮਾਂਹ ਨੂੰ, ਇੱਕ ਦੱਖਣੀ ਏਸ਼ੀਆ ਦੀ ਫਸਲ ਹੈ ਅਸਲ ਦੇ ਵਿੱਚ। ਬਾਕੀ ਆਪਣੇ ਇੰਡੀਆ ਦੇ ਵਿੱਚ ਇਹ ਆਂਧਰਾ ਪ੍ਰਦੇਸ਼ ਹੋ ਗਿਆ ਜਾਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਦੇ ਕਈ ਕਈ ਸੂਬਿਆਂ, ਜਿਵੇਂ ਪੰਜਾਬ ਦੇ ਵਿੱਚ ਕਈਆਂ ਕਈਆਂ ਜ਼ਿਲ੍ਹਿਆਂ ਦੇ ਵਿੱਚ ਇਹੜੀ ਫਸਲ ਬੀਜੀ ਜਾਂਦੀ, ਜਿਹਦੇ ਵਿੱਚ ਜਿਵੇਂ ਲਾ ਲਓ ਤੁਸੀਂ ਵੀ ਜਲੰਧਰ ਦੇ ਨੇੜੇ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਜਾਂ ਥੋੜ੍ਹਾ ਬਹੁਤਾ ਏਰੀਆ ਲਾ ਲਓ ਤੁਸੀਂ ਕਪੂਰਥਲੇ ਦਾ, ਲੁਧਿਆਣੇ ਦੇ ਵਿੱਚ ਵੀ ਇਹ ਫਸਲ ਜਿਹੜੀ ਥੋੜ੍ਹੀ ਬਹੁਤੀ ਬੀਜੀ ਜਾਂਦੀ। ਬਾਕੀ ਮਾਂਹ ਦੀ ਫਸਲ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਬੀਜੀ ਜਾਂਦੀ ਹੈ। ਅਸਲ ਦੇ ਵਿੱਚ ਇਹ ਜਿਵੇਂ ਮਹਾਰਾਸ਼ਟਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਬੀਜੀ ਜਾਂਦੀ ਜਾਂ ਮੱਧ ਪ੍ਰਦੇਸ਼ ਦੇ ਵਿੱਚ। ਬਾਕੀ ਇੱਕ ਚੰਗੀ ਫਸਲ ਹੈ ਜ਼ਮੀਨਾਂ ਦੇ ਹਿਸਾਬ 'ਤੇ, ਇਹਦਾ ਅੱਡ ਅੱਡ ਜਗ੍ਹਾ 'ਤੇ ਜਿਹੜਾ ਇਹਦਾ ਝਾੜ ਅੱਡੋ ਅੱਡ। ਬਾਕੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਨੇ ਵੀ ਇਹਦੀਆਂ ਕਈ ਕਿਸਮਾਂ ਕੱਢੀਆਂ ਹੋਈਆਂ। ਜਿਵੇਂ ਪੰਜਾਬ ਯੂਨੀਵਰਸਿਟੀ ਦੀ ਆਉਂਦੀ ਹੈ 1137 ਨੰਬਰ ਅਤੇ 1108 ਦੇ ਨੰਬਰ 'ਤੇ, 1108 ਨਾਂ ਦੇ ਨੰਬਰ 'ਤੇ ਜਿਹੜੀ ਆਉਂਦੀ ਉਹ ਬਹੁਤ ਵਧੀਆ ਵਰਾਇਟੀ ਇਹਨਾਂ ਦੀ। ਬਾਕੀ ਜੇ ਅਦਰ ਵਰਾਇਟੀਆਂ ਦੀ ਪ੍ਰਾਈਵੇਟ ਦੀ ਜਿਵੇਂ ਗੱਲ ਕਰਾਂ ਤਾਂ ਮਹਾਰਾਸ਼ਟਰ ਦੇ ਵਿੱਚ ਜਿਵੇਂ ਨਿਰਮਲ ਸੀਡ ਵਾਲਿਆਂ ਦੀ ਕਿਸਮਾਂ ਬਹੁਤ ਵਧੀਆ, ਉਹਨਾਂ ਦੀ ਜਿਵੇਂ ਨਿਰਮਲ 7 ਦੇ ਨਾਂ ਦੇ ਆਉਂਦੀ ਅਤੇ ਨਿਰਮਲ 6 ਦੇ ਨਾਂ ਦੇ ਆਉਂਦੀ। ਉਹਦਾ ਝਾੜ ਉਹ ਕਹਿੰਦੇ ਆ ਵੀ ਘੱਟ ਤੋਂ ਘੱਟ 6 ਤੋਂ 7 ਕੁਇੰਟਲ ਤੱਕ ਰਹਿੰਦਾ, ਉਹ ਆਪਦੇ ਵੱਲੋਂ ਕਹਿੰਦੇ ਆ। ਬਾਕੀ ਪੰਜਾਬ ਯੂਨੀਵਰਸਿਟੀ ਦੀਆਂ ਜੇ ਕਿਸਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਮੁਤਾਬਕ ਦੇ ਝਾੜ ਦੀ ਗੱਲ ਕਰੀਏ ਤਾਂ 4 ਤੋਂ 5 ਕੁਇੰਟਲ ਜਿਹੜਾ ਕਿੱਲੇ ਦਿੰਦਾ ਝਾੜ। ਬਾਕੀ ਗੱਲ ਕਿਸਮਾਂ ਦੀ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਹੜੀਆਂ ਕਿਹੜੀਆਂ ਕਿਸਮਾਂ। ਬਾਕੀ ਜੇ ਤੁਸੀਂ ਆਲੂ ਵਾਲੀ ਜ਼ਮੀਨ ਦੇ ਵਿੱਚ ਬੀਜਣਾ ਚਾਹੁੰਦੇ ਹੋ ਤਾਂ ਤੁਸੀਂ 15 ਕਿਲੋ ਯੂਰੀਆ ਦੇ ਨਾਲ 6 ਤੋਂ 8 ਕਿਲੋ ਜਿਹੜੀ ਇਹ ਫਾਸਫੋਰਸ ਵਿੱਚ ਲਾਜ਼ਮੀ ਪਾਉਣੀ ਤਾਂ ਜੋ ਉੱਗਣ ਦੀ ਸ਼ਕਤੀ ਵਧੀਆ ਅਤੇ ਸ਼ੁਰੂ ਤੋਂ ਲੈ ਕੇ ਯਾਨੀ ਕਿ ਬੂਟੇ ਨੂੰ ਪੂਰੀ ਦੀ ਪੂਰੀ ਪਾਵਰ ਮਿਲ ਸਕੇ। ਇਸ ਤੋਂ ਬਾਅਦ ਜਦੋਂ ਤੁਸੀਂ ਪਹਿਲਾ ਪਾਣੀ ਲਾਉਣਾ, ਇਹਨੂੰ ਪਾਣੀਆਂ ਦੀ ਜ਼ਿਆਦਾ ਹੀ ਲੋੜ ਦੇਣੀ, ਇਹਨੂੰ ਪੈਂਦੀ 2 ਜਾਂ 3 ਪਾਣੀ ਵੱਧ ਤੋਂ ਵੱਧ ਲੱਗਣਗੇ। ਬਾਕੀ ਫਿਰ ਵੀ ਜਦੋਂ ਤੁਸੀਂ ਪਹਿਲਾ ਪਾਣੀ ਪਾਉਣਾ ਲਾਉਣਾ ਇਹਨੂੰ ਤਾਂ 10 ਕਿਲੋ ਯੂਰੀਆ ਦੇ ਨਾਲ 5 ਕਿਲੋ ਪੋਟਾਸ਼ ਤੁਸੀਂ ਲਾਜ਼ਮੀ ਪਾਉਣੀ ਇਹਦੇ ਵਿੱਚ। ਬਾਕੀ ਲੋੜ ਅਨੁਸਾਰ ਸਮੇਂ ਸਮੇਂ 'ਤੇ ਜਿਵੇਂ ਇਹਨੂੰ ਸੁੰਡੀ ਤੋਂ ਤੁਸੀਂ ਬਚਾ ਕੇ ਰੱਖਣਾ, ਸੁੰਡੀ ਦੀ ਇਹਨੂੰ ਜਿਵੇਂ ਕਹਿੰਦੇ ਆ ਵੀ ਇਹਦੇ ਹਫ਼ਤੇ ਬਾਅਦ ਵਿੱਚ ਖੇਤ 'ਤੇ ਗੇੜਾ ਰੱਖਣਾ ਪੈਣਾ ਤੁਹਾਨੂੰ, ਕਿਉਂਕਿ ਸੁੰਡੀ ਜਿਹੜੀ ਇਹਨੂੰ ਜ਼ਿਆਦਾ ਅਟੈਕ ਕਰਦੀ ਹੈ। ਆਪਾਂ ਸੁੰਡੀ ਤੋਂ ਅਗਰ ਇਹਨੂੰ ਬਚਾ ਲੈਂਦੇ ਹਾਂ ਤਾਂ 55 ਕੁ ਦਿਨਾਂ 'ਤੇ ਪੂਰੀ ਫੁੱਲਾਂ 'ਤੇ ਜਿਹੜੀ ਇਹ ਮਾਂਹ ਦੀ ਫਸਲ ਆ ਜਾਵੇਗੀ। ਉਸ ਸਮੇਂ ਤੁਸੀਂ ਚੰਗੀ ਵਧੀਆ ਜਿਹੜੀ ਇਹ ਜਿਵੇਂ ਬਿੱਲੋਵੁੱਡ ਦੀ ਬ੍ਰਾਂਡ ਵਰਗੀਆਂ ਸਪਰੇਆਂ ਜਿਹੜੀਆਂ ਚੰਗੀਆਂ ਨੇ, ਜਿਹੜੀਆਂ ਫਲੀ ਫੁੱਲ ਜਿਹੜੀ ਜ਼ਿਆਦਾ ਲਵਾਉਂਦੀਆਂ ਅਤੇ ਉਸ ਤੋਂ ਬਾਅਦ ਫਲੀ ਦੀ ਮਾਤਰਾ ਜ਼ਿਆਦਾ ਇਹਦੇ ਵਿੱਚ ਆਵੇਗੀ ਤਾਂ ਤੁਸੀਂ ਉਵੇਂ ਦੀਆਂ ਸਪਰੇਆਂ ਤੁਸੀਂ ਇਹਦੇ ਕਰ ਸਕਦੇ ਹੋ। ਬਾਕੀ ਖੇਤਾਂ ਦੇ ਵਿੱਚ 7 ਤੋਂ 9 ਕੁਇੰਟਲ ਤੱਕ ਇਹਦਾ ਝਾੜ ਆਰਾਮ ਨਾਲ ਇਹਦਾ ਚੰਗੇ ਖੇਤਾਂ ਦੇ ਵਿੱਚ ਮਿਲ ਜਾਂਦਾ। ਬਾਕੀ 20 ਤੋਂ ਲੈ ਕੇ 38 ਫਲੀਆਂ ਜਿਹੜੀਆਂ ਵੀ ਇੱਕ ਬੂਟੇ ਲੱਗਦੀਆਂ ਅਤੇ ਇੱਕ ਫਲੀ ਦੇ ਵਿੱਚ 7 ਤੋਂ ਲੈ ਕੇ ਜਿਹੜੇ 10 ਦਾਣੇ ਇਹਦੇ ਵਿੱਚ ਹੁੰਦੇ ਹੀ ਹੁੰਦੇ ਆ। ਬਾਕੀ ਜਿਹੜੀ ਫਸਲ ਰੇਟ ਦੇ ਮੁਤਾਬਕ ਮੂੰਗੀ ਦੇ ਵਾਂਗ ਹੀ ਮੰਨ ਕੇ ਚੱਲੋ ਵੀ ਚੰਗੀ ਫਸਲ ਹੈ, ਥੋੜ੍ਹੇ ਟਾਈਮ ਦੀ ਫਸਲ ਹੈ। ਬਾਕੀ ਆਪਾਂ ਇਹਦੇ 'ਤੇ ਆਪਣੇ ਏਰੀਏ ਦੇ ਵਿੱਚ ਘੱਟ ਲੱਗਣ ਕਰਕੇ ਵੀ ਆਪਾਂ ਇਹਦੇ ਵੱਲੇ ਬਾਹਲਾ ਧਿਆਨ ਨਹੀਂ ਦੇ ਰਹੇ। ਬਾਕੀ ਜੇ ਇਹ 60 ਤੋਂ 70 ਦਿਨ ਦੀ ਫਸਲ ਆਪਾਂ ਉਗਾ ਲਈਏ, ਮੰਨ ਕੇ ਤੁਹਾਨੂੰ ਜਿਵੇਂ ਕਿਸਮਾਂ ਦੱਸੀਆਂ, ਜਾਂ ਆਪਾਂ ਪੂਰੀ ਕੇਅਰ ਕਰ ਲਈਏ ਤਾਂ ਚੰਗਾ ਆਪਾਂ ਇਹਦਾ ਮੁਨਾਫਾ ਕਮਾ ਸਕਦੇ ਹਾਂ। ਬਾਕੀ ਕਿਸੇ ਤਰ੍ਹਾਂ ਦੀ ਵੀ ਹੋਰ ਇਹਦੇ 'ਚ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਮੈਸੇਜ ਕਰ ਸਕਦੇ ਹੋ। ਬਾਕੀ ਵੱਧ ਘੱਟ ਬੋਲਿਆ ਗਿਆ ਰਹੇ ਹੁੰਦੀ ਮੈਂ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।